ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਕਤਲ ਦੀ ਸੁਪਾਰੀ ਲੈ ਕੇ ਬਜ਼ੁਰਗ ਦੇ ਹਮਲਾ ਕਰਨ ਵਾਲੇ ਗਿਰੋਹ ਦਾ ਅਸੀਂ ਪਰਦਾਫਾਸ਼ ਕੀਤਾ ਹੈਗਾ ਔਰ 3 ਦੋਸ਼ੀ ਫੜਨ ਦੇ ਵਿੱਚ ਰਾਹੋਂ ਕੇ SHO ਰਾਜੀਵ ਕੁਮਾਰ ਔਰ DSP ਨਵਾਂਸ਼ਹਿਰ ਰਣਜੀਤ ਸਿੰਘ ਨੇ ਇਹਦੇ ਵਿੱਚ ਬਹੁਤ ਸ਼ਲਾਘਾਯੋਗ ਕਾਰਜ ਕੀਤਾ ਹੈਗਾ। ਇਹ ਜੋ ਪੂਰਾ ਮੈਟਰ ਹੈਗਾ ਉਹ ਇਹ ਹੈਗਾ ਕਿ ਮੇਹਰ ਸਿੰਘ ਨਾਮ ਦਾ ਇੱਕ ਬੰਦਾ ਰਾਹੋਂ ਦਾ ਰਹਿਣ ਵਾਲਾ ਹੈਗਾ, ਉਸਕੀ ਡਾਟਰ ਮਨਜੀਤ ਕੌਰ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈਗੀ, ਉੱਥੇ ਉਸਕੇ ਹਸਬੈਂਡ ਜੋ ਸ਼ਿਵ ਸੀਤਲ ਉਰਫ KD ਹੈ ਉਹਦੇ ਨਾਲ ਫੈਮਿਲੀ ਡਿਸਪਿਊਟ ਹੈਗਾ। ਆਸਟ੍ਰੇਲੀਆ ਅਦਾਲਤ ਦੇ ਵਿੱਚ ਇਹਨਾਂ ਦਾ ਆਪਸ ਦੇ ਵਿੱਚ ਕੇਸ ਚੱਲ ਰਿਹਾ ਹੈਗਾ। ਜੋ ਮੇਹਰ ਸਿੰਘ 2 ਮਹੀਨੇ ਪਹਿਲੇ ਹੀ ਆਸਟ੍ਰੇਲੀਆ ਸੇ ਵਾਪਸ ਆਪਣੇ ਪਿੰਡ ਰਾਹੋਂ ਆਇਆ ਸੀ, ਤੋ ਇਸਕਾ ਜੋ ਸਨ ਇਨ ਲੋ ਹੈ ਸ਼ਿਵ ਸੀਤਲ, ਉਸਨੇ ਇੱਕ ਰਮਨਦੀਪ ਸਿੰਘ ਲੁਧਿਆਣਾ ਦਾ ਰਹਿਣ ਵਾਲਾ ਹੈਗਾ, ਉਸਨੂੰ ਹਾਇਰ ਕੀਤਾ ਆਪਣੇ ਫਾਦਰ ਇਨ ਲੋ ਦਾ ਕਤਲ ਕਰਨ ਵਾਸਤੇ। ਉਹਦੇ ਰਿਗਾਰਡਿੰਗ ਉਸਨੇ ਰਮਨਦੀਪ ਕੇ ਖਾਤੇ ਦੇ ਵਿੱਚ 2,30,000 ਰੁਪਏ ਬੈਂਕ ਰਾਹੀਂ ਟ੍ਰਾਂਸਫਰ ਕੀਤੇ ਹੈਗੇ ਔਰ ਟੋਟਲ ਇਹਨਾਂ ਦੀ ਗੱਲ 10 ਲੱਖ ਦੇ ਵਿੱਚ ਤੈਅ ਹੋਈ ਸੀ ਕਿ ਅਗਰ ਤੁਸੀਂ ਮੇਰੇ ਫਾਦਰ ਇਨ ਲੋ ਦਾ ਮਰਡਰ ਕਰ ਦੋਗੇ ਤੁਹਾਨੂੰ 10 ਲੱਖ ਰੁਪਏ ਅਸੀਂ ਪੇਮੈਂਟ ਕਰਾਂਗੇ। ਤੋ ਉਹਦੇ ਬਾਅਦ ਮੈਂ ਮੇਹਰ ਸਿੰਘ ਦੇ ਘਰ ਦੇ ਉੱਪਰ ਸਭ ਪਹਿਲੇ ਇਨ ਲੋਗੋ ਨੇ 31 ਦਸੰਬਰ 2022 ਨੂੰ ਉਸਨੂੰ ਮਾਰਨ ਦੀ ਨੀਅਤ ਨਾਲ ਇੱਥੇ ਆਏ ਸੀ, ਲੇਕਿਨ ਉਸ ਦਿਨ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਉਹ ਉਸ ਦਿਨ ਉਸ 'ਤੇ ਸਿਰਫ ਉਸਕਾ ਮੋਬਾਈਲ ਚੋਰੀ ਕਰਕੇ ਲੈ ਗਿਆ ਸੀ। ਉਸਕੀ ਅਸੀਂ FIR ਨੰਬਰ 125 ਰਾਓ ਥਾਣੇ ਦੇ ਵਿੱਚ 31 ਦਸੰਬਰ ਨੂੰ ਦਰਜ ਰਜਿਸਟਰ ਕੀਤੀ ਹੈਗੀ। ਉਹਦੇ ਬਾਅਦ ਮੈਂ ਸੈਕਿੰਡ ਅਟੈਂਪਟ 6 ਜਨਵਰੀ 2023 ਨੂੰ ਕੀਤਾ। ਉਸ ਦਿਨ ਸਲਮਾਨ ਮੌਕੇ ਤੋਂ ਫੜਿਆ ਗਿਆ, ਲੇਕਿਨ ਜੋ ਦੋ ਉਸਕੇ ਸਾਥੀ ਵਿਸ਼ਾਲ ਔਰ ਸੌਰਵ ਮੌਕੇ 'ਤੇ ਭਜਣ ਦੇ ਵਿੱਚ ਕਾਮਯਾਬ ਹੋ ਗਏ ਸੀ। ਉਹਦੇ ਬਾਅਦ ਮੈਂ ਫਿਰ 3rd ਅਟੈਂਪਟ ਇਹਨਾਂ ਨੇ 2 ਫਰਵਰੀ 2023 ਨੂੰ ਕੀਤੀ ਹੈਗੀ। ਉਹਦੇ ਵਿੱਚ ਇਹਨਾਂ ਨੇ ਇੱਕ ਫਾਇਰਿੰਗ ਕੀਤੀ ਹੈਗੀ, ਲੇਕਿਨ ਮੇਹਰ ਸਿੰਘ ਬਾਲ ਬਾਲ ਬਚ ਗਿਆ ਉਹਦੇ ਵਿੱਚ। ਫਿਰ ਉਹਨਾਂ ਨੇ ਉਸਕੇ ਉੱਪਰ ਦਾਤਣ ਨਾਲ ਕਾਫੀ ਉਸਨੂੰ ਇੰਜਰਡ ਕੀਤਾ। ਉਹਦੇ ਬਿਹਾਫ 'ਤੇ ਅਸੀਂ FIR ਰਜਿਸਟਰ ਕੀਤੀ ਹੈਗੀ ਅੰਡਰ IPC ਐਕਟ ਔਰ ਆਰਮਸ ਐਕਟ ਔਰ ਇਸਮੇ 307 ਧਾਰਾ ਕਾ ਵੀ ਅਸੀਂ ਵਾਅਦਾ ਕੀਤਾ ਬਾਅਦ ਦੇ ਵਿੱਚ। ਉਸਕੀ ਹਾਲਤ ਕਾਫੀ ਸੀਰੀਅਸ ਸੀ, ਤੋ SHO ਸਾਹਿਬ ਨੇ ਔਰ DSP ਸਾਹਿਬ ਨੇ ਪ੍ਰੋਂਪਟਲੀ ਐਕਸ਼ਨ ਕਰਦੇ ਹੋਏ ਇਹਦੇ ਵਿੱਚ ਟੋਟਲ ਅਸੀਂ 4 ਦੋਸ਼ੀ ਹੁਣ ਤੱਕ ਫੜ ਲਏ ਹੈਗੇ। ਪਹਿਲਾ ਹੈਗਾ ਰਮਨਦੀਪ ਸਿੰਘ ਹੈਗਾ ਔਰ ਦੂਸਰਾ ਹੈਗਾ ਸੌਰਵ ਕੁਮਾਰ। ਜੋ ਸੌਰਵ ਕੁਮਾਰ ਹੈ ਬੇਸਿਕਲੀ ਬਦਾਈ UP ਦਾ ਰਹਿਣ ਵਾਲਾ ਹੈਗਾ, ਐਟ ਪ੍ਰੈਜੈਂਟ ਉਹ ਰੋਹਿਣੀ ਦਿੱਲੀ ਦੇ ਵਿੱਚ ਰਹਿੰਦਾ ਹੈਗਾ। ਦੂਸਰਾ ਅਜੇ ਕੁਮਾਰ ਜੋ ਗਿਆ ਬਿਹਾਰ ਕਾ ਰਹਿਣ ਵਾਲਾ ਹੈਗਾ, ਉਹ ਵੀ ਅਭੀ ਰੋਹਿਣੀ ਦਿੱਲੀ ਦੇ ਵਿੱਚ ਰਹਿੰਦਾ ਹੈਗਾ ਔਰ ਤੀਸਰਾ ਸਲਮਾਨ ਹੈਗਾ ਉਹ ਬਿਜਨੌਰ UP ਦਾ ਰਹਿਣ ਵਾਲਾ ਹੈਗਾ, ਅਭੀ ਉਹ ਲੁਧਿਆਣਾ ਦੇ ਵਿੱਚ ਰਹਿੰਦਾ ਹੈਗਾ। ਇਹ ਅਸੀਂ ਫੜ ਲਏ ਹੈਗੇ, ਇੱਕ ਬੰਦਾ ਪਹਿਲੇ ਅਰੈਸਟ ਕਰ ਲਿਆ ਹੈਗਾ। ਬੇਸਿਕਲੀ ਇਸ ਜੋ ਪੂਰਾ ਗਿਰੋਹ ਕਾ ਮਾਸਟਰ ਮਾਈਂਡ ਹੈਗਾ ਉਹ ਰਮਨਦੀਪ ਲੁਧਿਆਣਾ ਦਾ ਹੈਗਾ। ਉਸਨੇ ਇਹ 4 ਬੰਦੇ ਜੋ ਮੈਂ ਤੁਹਾਨੂੰ ਦੱਸਿਆ ਦਿੱਲੀ ਦੇ ਵਿੱਚ ਰਹਿੰਦੇ ਆ, ਇਹਨਾਂ ਨੂੰ ਹਾਇਰ ਕੀਤਾ ਹੈਗਾ। ਇਹਦੇ ਵਿੱਚ ਅਸੀਂ ਪ੍ਰੋਂਪਟਲੀ ਐਕਸ਼ਨ ਕਰਦੇ ਹੋਏ ਹੁਣ ਤੱਕ ਇਹ ਦੋਸ਼ੀਆਂ ਦੇ ਨਾਲ ਇੱਕ ਜੋ ਦੇਸੀ ਪਿਸਟਲ ਜੋ ਉਸ ਦਿਨ ਉਹਨਾਂ ਨੇ ਫਾਇਰਿੰਗ ਕੀਤੀ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈ। ਟੋਟਲ 4 ਰਾਊਂਡ ਔਰ ਇੱਕ ਰਾਊਂਡ ਪਹਿਲੇ, ਟੋਟਲ 5 ਰਾਊਂਡ ਅਸੀਂ ਰਿਕਵਰ ਕੀਤੇ ਹੈਗੇ। ਇੱਕ ਬਟਨ ਵਾਲਾ ਚਾਕੂ ਵੀ ਅਸੀਂ ਰਿਕਵਰ ਕੀਤਾ ਜਿਹਦੇ ਨਾਲ ਇਹਨਾਂ ਨੇ ਮੇਹਰ ਸਿੰਘ ਨੂੰ ਘਾਇਲ ਕੀਤਾ ਸੀ ਔਰ ਟੋਟਲ 4 ਮੋਬਾਈਲ ਅਸੀਂ ਰਿਕਵਰ ਕੀਤੇ ਹੈਗੇ ਔਰ ਇਸਕੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈਗੀ। ਤੋ ਇਹ ਇੱਕ ਨਵਾਂਸ਼ਹਿਰ ਪੁਲਿਸ ਕੀ ਬਹੁਤ ਵੱਡੀ ਕਾਮਯਾਬੀ ਹੈਗੀ। ਇੱਕ ਮੇਹਰ ਸਿੰਘ ਕੀ ਜਾਨ ਨੂੰ ਬਚਾਉਣ ਦੇ ਵਿੱਚ ਅਸੀਂ ਸਫਲ ਹੋਏ ਔਰ ਜੋ ਪੂਰਾ ਜੋ ਗੈਂਗ ਹੈ ਉਸਨੂੰ ਫੜਨ ਦੇ ਵਿੱਚ ਅਸੀਂ ਕਾਮਯਾਬ ਹੋਏ। ਉਹ ਮੋਟਰਸਾਈਕਲ ਜੋ ਇਹਨਾਂ ਨੇ ਖੋ ਕੀਤਾ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ। ਸਰ ਰਮਨਦੀਪ ਤਾਂ ਜਾਨ ਪੰਜਾ ਕੈਸੇ ਕੀੜੀ ਨਾਲ ਉਹ ਬੇਸਿਕਲੀ ਇਹਨਾਂ ਨੇ ਅਭੀ ਵੈਰੀਫਿਕੇਸ਼ਨ ਕਰ ਰਹੇ ਹੈਗੇ, ਅਭੀ ਫੜਿਆ ਹੈਗਾ ਕਿ ਡਿਟੇਲ ਪੁੱਛਤਾਛ ਕਰ ਰਹੇ ਹੈਗੇ ਕਿਸ ਚੈਨਲ ਦੇ ਮਾਧਿਅਮ ਰਾਹੀਂ ਇਹ ਆਸਟ੍ਰੇਲੀਆ ਦੇ ਵਿੱਚ ਉਹਦੇ ਨਾਲ ਸੰਪਰਕ ਮੇ ਆਇਆ ਹੈਗਾ। ਪਹਿਲੇ ਕੋਈ ਮਾਮਲੇ ਦਰਜ ਨਹੀਂ ਇਸ ਤਰ੍ਹਾਂ ਕਿ ਕੋਈ ਇਹਨਾਂ ਦੇ? ਨਹੀਂ ਅਭੀ ਤੱਕ ਕੁਛ ਨਹੀਂ ਹੈ, ਲੇਕਿਨ ਇਨਕਾ ਜੋ ਬਿਹਾਰ ਔਰ UP ਕਾ ਮੈਂ ਦੱਸਿਆ ਕਿ ਇਨਕੇ ਪਰਮਾਨੈਂਟ ਰੈਜੀਡੈਂਟ ਉੱਥੇ ਕੇ ਹੈ, ਅਸੀਂ ਵੈਰੀਫਾਈ ਕਰਵਾ ਰਹੇ ਉੱਥੇ ਕਿ ਉੱਥੇ ਇਹਨਾਂ ਦੇ ਖਿਲਾਫ਼ ਕੋਈ ਪਰਚਾ ਤੋਂ ਦਰ ਰਜਿਸਟਰ ਨਹੀਂ ਹੈਗਾ। ਸਾਰੇ 20-21 ਸਾਲ ਕੇ ਲੜਕੇ ਹੈਗੇ ਸਾਰੇ। ਹਾਂ ਅਭੀ ਆਜ ਪੇਸ਼ ਕਰਕੇ ਇਨਕਾ ਰਿਮਾਂਡ ਲੇਂਗੇ ਤਾਂ ਕਿ ਪੂਰੀ ਡਿਟੇਲ ਇਨਕੀ ਕਹਾਣੀ ਸਮਝ ਮੇਂ ਆ ਸਕੇ। ਮੇਨ ਸਰ ਕਾਰਨ ਕੀ ਸੀ ਵੀ ਮਰਵਾਉਣ ਦਾ ਆਪਣੇ? ਬੇਸਿਕਲੀ ਇਨਕਾ ਹਸਬੈਂਡ ਵਾਈਫ ਦਾ ਆਸਟ੍ਰੇਲੀਆ ਦੇ ਵਿੱਚ ਫੈਮਿਲੀ ਡਿਸਪਿਊਟ ਸੀ, ਮੈਂ ਤੁਹਾਨੂੰ ਦੱਸਿਆ ਸੀ। ਇਹ ਮੇਹਰ ਸਿੰਘ ਵੀ ਉੱਥੇ ਹੀ ਰਹਿੰਦਾ ਹੈਗਾ ਆਸਟ੍ਰੇਲੀਆ ਦੇ ਵਿੱਚ, ਅਭੀ 2 ਮਹੀਨੇ ਪਹਿਲੇ ਹੀ ਇੱਥੇ ਆਇਆ ਸੀ ਰਾਉਂਡ ਦੇ ਵਿੱਚ।